ਅਸਲਾਮ ਵਾਲੇਕੁਮ ਦੋਸਤੋ, ਅੱਜ ਜਿਹੜੀ ਪ੍ਰੋਡਕਟ ਮੈਂ ਤੁਹਾਨੂੰ ਦੱਸਣ ਲੱਗਾ, ਬੜੀ ਜ਼ਬਰਦਸਤ ਪ੍ਰੋਡਕਟ ਹੈ, ਬੜਾ ਅੱਛਾ ਪ੍ਰੋਫਿਟ ਮਾਰਜਨ ਇਹਦੇ ਵਿੱਚ। ਐਂ ਦੀ ਪ੍ਰੋਡਕਟ ਅਗਰ ਤੁਸੀਂ ਵੇਚਦੇ ਹੋ ਐਮਾਜ਼ੋਨ ਦੇ ਉੱਤੇ, ਬੜੀ ਜਲਦੀ ਤੁਸੀਂ ਕਾਮਯਾਬ ਹੋ ਸਕਦੇ ਹੋ, ਬੜੀ ਜਲਦੀ ਤੁਸੀਂ ਪੈਸੇ ਕਮਾ ਸਕਦੇ ਹੋ। ਠੀਕ ਹੈ, ਕਰਨਾ ਕੀ ਇਹਦੇ ਵਿੱਚ, ਤੁਸੀਂ ਸਿਰਫ ਇੱਕ ਲੈਪਟਾਪ, ਇੱਕ ਇੰਟਰਨੈਟ ਦਾ ਅੱਛਾ ਕਨੈਕਸ਼ਨ, ਬਸ ਇਹ ਦੋ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ। ਅਤੇ ਉਸ ਤੋਂ ਬਾਅਦ ਤੁਸੀਂ ਪਾਕਿਸਤਾਨ ਦੇ ਵਿੱਚ ਆਪਣੇ ਘਰ ਬਿਸਤਰ ਦੇ ਵਿੱਚ ਬਹਿ ਕੇ ਤੁਸੀਂ ਪੂਰੀ ਦੁਨੀਆ ਦੇ ਬਿਜ਼ਨਸ ਕਰ ਸਕਦੇ ਹੋ। ਅਮੈਰੀਕਾ ਦੇ ਵਿੱਚ ਬਿਜ਼ਨਸ ਕਰ ਸਕਦੇ ਹੋ, ਯੂਕੇ ਦੇ ਵਿੱਚ ਕਰ ਸਕਦੇ ਹੋ, ਯੂਈ ਦੇ ਵਿੱਚ ਕਰ ਸਕਦੇ ਹੋ, ਜਿੱਥੇ ਜਿੱਥੇ ਐਮਾਜ਼ੋਨ ਦੇ ਪਲੇਟਫਾਰਮ ਨੇ ਸਾਰੀਆਂ ਜਗ੍ਹਾ 'ਤੇ ਤੁਸੀਂ ਕਰ ਸਕਦੇ ਹੋ। ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੋਏਗਾ $36 ਦੀ ਪ੍ਰੋਡਕਟ ਵਿਕਦੀ ਹੈ ਪਈ, ਐਮਾਜ਼ੋਨ $12 ਲੈ ਰਿਹਾ, $23-24 ਜਿਹੜਾ ਨਾ ਪ੍ਰੋਫਿਟ ਮਾਰਜਿਨ ਬਚਦਾ ਪਿਆ। ਚੀਜ਼ ਕਿੰਨੇ ਦੀ ਆਉਂਦੀ ਹੈ ਪਈ ਸਰ, ਉਹ ਵੀ ਤੁਹਾਨੂੰ ਦੱਸਦੇ ਹਾਂ। ਇਹ ਵੇਖ ਲਓ, 65% ਜਿਹੜਾ ਨਾ ਇਹ ਪ੍ਰੋਫਿਟ ਮਾਰਜਨ ਹੈ, ਨੈੱਟ ਮਾਰਜਨ 65%। ਠੀਕ ਹੈ, ਅਤੇ 65% ਨੈੱਟ ਮਾਰਜਨ ਬਹੁਤ ਜ਼ਿਆਦਾ ਹੁੰਦਾ। ਠੀਕ ਹੈ, ਇਹਦੇ ਵਿੱਚ ਤੁਸੀਂ $24 ਦੀ ਪ੍ਰੋਡਕਟ ਕਰ ਲਓ, $2 ਦੀ ਅਗਰ ਤੁਸੀਂ ਆਪਣੀ, ਜਾਂ $3 ਦੀ ਤੁਸੀਂ ਕਰ ਲਓ, $5 ਦੀ ਕਰ ਲਓ, ਫਿਰ ਵੀ ਤੁਹਾਨੂੰ $17-18 ਬਚਦੇ ਨੇ। ਆ ਜੋ ਤੁਹਾਨੂੰ ਵਿਖਾਉਂਦੇ ਹਾਂ। ਠੀਕ ਹੈ, ਇਹ ਜਨਾਬ ਚੀਜ਼ ਹੈ ਐਮਾਜ਼ੋਨ ਦੇ ਉੱਤੇ। ਠੀਕ ਹੈ, ਕਾਫੀ ਮੱਗ। ਠੀਕ ਹੈ, ਇਹ ਇੱਕ ਐਸੀ ਚੀਜ਼ ਹੈ, ਕਾਫੀ ਮੱਗ ਜਿਹੜਾ ਨਾ ਇਹ ਨਹੀਂ ਵੇਚਣਾ, ਥੱਲੇ ਇੱਕ ਕੰਡਾ ਟੈਪ ਹੈ, ਇਹਦਾ ਕੰਮ ਕੀ ਹੈ? ਇਹ ਸਰ ਹੀਟਰ ਟੈਪ ਹੁੰਦਾ, ਇਹ ਕਾਫੀ ਤੁਹਾਡੀ ਨੂੰ ਗਰਮ ਰੱਖਦਾ ਹੈ। ਅਕਸਰ ਦਫ਼ਤਰਾਂ ਵਿੱਚ ਕਾਫੀ ਠੰਡੀ ਹੋ ਜਾਂਦੀ ਹੈ, ਲੋਕ ਆਰਾਮ ਆਰਾਮ ਨਾਲ ਪੀਂਦੇ ਨੇ, ਟਾਈਮ ਜ਼ਿਆਦਾ ਲੈਂਦੇ ਨੇ, ਅਤੇ ਕਾਫੀ ਠੰਡੀ ਹੋ ਜਾਂਦੀ ਹੈ। ਇਸ ਵਾਸਤੇ ਇਹ ਇੱਕ ਐਸੀ ਚੀਜ਼ ਹੈ, ਚਾਰਜੇਬਲ ਵੀ ਹੈ, ਚਾਰਜਿੰਗ ਹੋ ਜਾਂਦਾ ਹੈ। ਠੀਕ ਹੈ, ਡਾਇਰੈਕਟ ਵੀ ਤੁਸੀਂ ਲਾਉਣਾ, ਡਾਇਰੈਕਟ ਲੱਗ ਜਾਂਦਾ, ਚਾਰਜਿੰਗ ਲੈਣਾ, ਚਾਰਜਿੰਗ ਲਾ ਕੇ ਤੁਹਾਡੇ ਕੋਲ ਸਕੂਨ ਉੱਤੇ ਰੱਖੋ, ਅਤੇ ਉਸ ਹਿਸਾਬ ਨਾਲ ਟੈਂਪਰੇਚਰ ਦਾ ਫਿਕਸ ਕਰ ਲਓ ਕਿ ਮੈਂ ਇਸ ਟੈਂਪਰੇਚਰ 'ਤੇ ਇਹਨੂੰ ਜਿਹੜਾ ਨਾ ਕਰਨਾ, ਇਸ ਟੈਂਪਰੇਚਰ ਮੈਂ ਇੰਨੀ ਗਰਮ ਕਾਫੀ ਪੀਣੀ, ਉਹ ਤੁਹਾਨੂੰ ਉਨੀ ਕਾਫੀ ਤੁਹਾਡੀ ਹਰ ਵਕਤ ਗਰਮ ਰਹੇਗੀ, ਤੁਸੀਂ ਉਹਦੇ 'ਤੇ ਪੀਂਦੇ ਰਹੋ ਆਰਾਮ ਨਾਲ, ਸਕੂਨ ਨਾਲ, ਚੱਸ ਨਾਲ। ਠੀਕ ਹੈ, ਇਹ ਬਾਹਰ ਮਤਲਬ ਐਮਾਜ਼ੋਨ ਦੇ ਉੱਤੇ ਤੁਸੀਂ ਵੇਚ ਸਕਦੇ ਹੋ। ਠੀਕ ਹੈ, ਇਸ ਬੰਦੇ ਨੇ ਪਹਿਲੇ ਲਾਈ ਸੀ $40 ਦੀ, ਲੇਕਿਨ ਉਹਨਾਂ ਨੇ 10% ਆਫ ਕਰਕੇ ਇਹਨੂੰ $35-36 ਦਾ ਕੀਤਾ ਹੋਇਆ। ਬੜੀ ਜ਼ਬਰਦਸਤ ਪ੍ਰੋਡਕਟ ਹੈ ਇਹ। ਹੁਣ ਤੁਹਾਨੂੰ ਸੇਮ ਤੁਹਾਨੂੰ ਮੈਂ ਦੱਸਣਾ, ਅਲੀਬਾਬਾ 'ਤੇ ਕਿੰਨੇ ਦੀ ਲੱਭਦੀ ਹੈ ਇਹ ਸਰ, ਅਲੀਬਾਬਾ 'ਤੇ ਤੁਸੀਂ ਚੈੱਕ ਕਰ ਲਓ। ਠੀਕ ਹੈ, ਇਹ ਅਲੀਬਾਬਾ 'ਤੇ ਲੱਭਦੀ ਵੀ $1 ਤੋਂ ਲੈ ਕੇ $2 ਤੱਕ। ਠੀਕ, ਇਹਨਾਂ ਕੋਲ ਇਸ ਪਲੈਟ ਦੋ ਬੰਦੇ ਵੇਚਦੇ ਨੇ। ਠੀਕ, ਇਹਨਾਂ ਕੋਲ ਡਾਇਮੰਡ ਵੀ, ਠੀਕ ਹੈ, ਦੋ ਡਾਇਮੰਡ ਨੇ, ਠੀਕ, ਵੈਰੀਫਾਈਡ ਵੀ ਨੇ, ਠੀਕ ਹੈ, ਸਾਰਾ ਕੁਝ ਇਹਨਾਂ ਕੋਲ ਹੈਗਾ। ਬਾਕੀ ਤੁਸੀਂ ਥੱਲੇ ਜਿੰਨੇ ਟੋਰ ਜਾਓ, ਉਹਨਾਂ 'ਚੋਂ ਇਹ ਵੀ ਵੈਰੀਫਾਈਡ ਹੈ। ਠੀਕ ਹੈ, ਇਹਦੇ ਕੋਲ ਵੀ ਡੈਮੇਜ ਆ ਰਹੇ, ਯਾਨੀ ਕਿ ਵੈਰੀਫਾਈਡ ਸਪਲਾਇਰਾਂ ਕੋਲ ਤੁਸੀਂ ਮੈਨੂਫੈਕਚਰਾਂ ਕੋਲ ਲੈਣਾ, ਬੜੀ ਅੱਛੀ ਚੀਜ਼ ਹੈ। ਠੀਕ ਹੈ, ਇਹ ਵੇਖ ਲਓ ਤੁਸੀਂ, ਅਤੇ ਇਹਦੇ 'ਚ ਕੰਪੀਟੀਸ਼ਨ ਬਹੁਤ ਘੱਟ, ਉਹ ਵੀ ਤੁਹਾਨੂੰ ਵਿਖਾ ਦਿੰਦੇ ਹਾਂ। ਇੱਥੇ ਅਸੀਂ ਇਹਨੂੰ ਜਨਾਬ ਬੈਕ ਟੋਰ ਜਾਂਦੇ ਹਾਂ, ਇਹਦਾ ਕੰਪੀਟੀਸ਼ਨ ਤੁਸੀਂ ਚੈੱਕ ਕਰ ਲਓ, ਕੰਪੀਟੀਸ਼ਨ ਕਿੰਨੇ ਟੋਟਲ ਬੰਦੇ ਵੇਚਦੇ ਨੇ, 76 ਬੰਦੇ ਆ ਚੀਜ਼ ਵੇਚਦੇ ਨੇ। ਇਹਦੇ ਵਿੱਚ ਤੁਸੀਂ ਆ ਸਕਦੇ ਹੋ, ਇਹਦੇ ਵਿੱਚ ਤੁਸੀਂ ਅਗਰ ਕਦਮ ਰੱਖਦੇ ਹੋ, ਅੱਛੀ ਚੀਜ਼ ਕੱਢਦੇ ਹੋ, ਇਹ ਵੀ ਬੜੀ ਅੱਛੀ ਚੀਜ਼ ਹੈ। ਇਹ ਵੀ ਵੇਖ ਲਓ, $35-36 ਦੀ ਵੇਚਦਾ ਪਿਆ, ਇਹ $100 ਦੀ ਬੈਸਟ ਸੈਲਰ ਜਿਹੜਾ 1000 ਪੀਸ ਵਿੱਚ ਹੈ, $100 ਦੀ ਵੇਚਦਾ ਪਿਆ, $129 ਦੀ ਇਹਨੇ ਲਿਸਟ ਕੀਤੀ ਸੀ, ਛੋਟੀ ਜਿਹੀ ਉਹਦੀ ਚੀਜ਼ ਹੈ, ਤਾਂ ਠੀਕ ਹੈ, ਮੰਗ ਵੀ ਹੈ। ਲੇਕਿਨ ਸਰ ਤੁਸੀਂ ਜਿੰਨੀ ਅੱਛੀ ਚੀਜ਼ ਸੋਰਸ ਕਰਦੇ ਹੋ, ਜਿੰਨਾ ਅੱਛਾ ਸਪਲਾਇਰ ਤੁਹਾਨੂੰ ਲੱਭਦਾ, ਮੈਨੂਫੈਕਚਰਰ ਲੱਭਦਾ, ਸਮਝ ਲਓ ਉਨੇ ਜ਼ਿਆਦਾ ਤੁਸੀਂ ਕੰਫਰਟੇਬਲ ਰਹੋਗੇ, ਉਨੇ ਜ਼ਿਆਦਾ ਤੁਸੀਂ ਕਾਮਯਾਬ ਹੋਵੋਗੇ। ਸਸਤੀ ਸੋਰਸਿੰਗ ਲੱਭਣੀ ਹੈ, ਐਮਾਜ਼ੋਨ ਦੇ ਉੱਤੇ ਲਿਸਟ ਕਰਨਾ ਹੈ, ਘਰ ਬਹਿ ਕੇ ਜਨਾਬ ਤੁਹਾਡਾ ਸਪਲਾਇਰ ਚਾਈਨਾ ਤੋਂ ਅਮੈਰੀਕਾ ਤੁਹਾਡੇ ਵੇਅਰ ਹਾਊਸ 'ਚ ਸੈਂਡ ਕਰ ਦੇਗਾ, ਐਮਾਜ਼ੋਨ ਉਹਨੂੰ ਲਾਈਵ ਕਰ ਦੇਗਾ, ਤੁਸੀਂ ਉਹਨੂੰ ਵੇਚਣਾ ਸਟਾਰਟ ਕਰ ਦੇਣਾ, PPC ਰਨ ਕਰਨੀ ਹੈ। ਠੀਕ ਹੈ, ਅਤੇ ਵੇਚਣਾ ਸਟਾਰਟ ਕਰ ਦੇਣਾ, ਅਤੇ ਤੁਸੀਂ ਪੈਸੇ ਕਮਾ ਸਕਦੇ ਹੋ। ਠੀਕ ਹੈ, ਇਹ ਨਹੀਂ ਸੋਚਣਾ ਕਿ ਹੁਣ ਹੀ ਕੀਤਾ ਤਾਂ ਹੁਣ ਹੀ ਪੈਸੇ, ਟਾਈਮ ਥੋੜ੍ਹਾ ਲੱਗਦਾ, ਮਿਹਨਤ ਥੋੜ੍ਹੀ ਲੱਗਦੀ ਹੈ, ਇਨਸ਼ਾਅੱਲਾ ਤੁਸੀਂ ਪੈਸੇ ਕਮਾਓਗੇ। ਇਹਨੂੰ ਅਗਰ ਤੁਸੀਂ ਵੇਚਣਾ ਸਟਾਰਟ ਕਰਦੇ ਹੋ, ਅਤੇ ਵਿਦ ਇਨ 6 ਮੰਥ ਜਾਂ ਜ਼ਿਆਦਾ ਤੋਂ ਜ਼ਿਆਦਾ ਇੱਕ ਸਾਲ ਦੇ ਵਿੱਚ ਤੁਸੀਂ ਠੀਕ ਠਾਕ ਇਹਦੇ ਤੋਂ ਪੈਸਾ ਕਮਾ ਸਕਦੇ ਹੋ।
ਤੁਸੀਂ ਵੇਖ ਲਓ ਆਪੇ ਹਿਸਾਬ ਲਾ ਲਓ ਕਿ ਕਿੰਨਾ ਪ੍ਰੋਫਿਟ ਮਾਰਜਨ ਇਹਦੇ 'ਚ। ਇੰਨੀਆਂ ਮਜ਼ੀਦ ਚੀਜ਼ਾਂ ਪ੍ਰੋਡਕਟ ਹੰਡਲਿੰਗ ਕਰਨ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਸਾਨੂੰ ਫੋਲੋ ਕਰ ਲਓ। ਡਿਸਕ੍ਰਿਪਸ਼ਨ ਵਿੱਚ ਸਾਡਾ ਨੰਬਰ ਲਿਖਿਆ, ਸਾਡੇ ਨਾਲ ਤੁਸੀਂ ਕਾਲ ਬੁੱਕ ਕਰ ਸਕਦੇ ਹੋ ਸਾਡੇ ਕੋਲ। ਤੁਸੀਂ ਤੁਹਾਨੂੰ VA ਚਾਹੀਦਾ, ਤੁਹਾਨੂੰ ਕੋਈ ਕੰਮ ਕਰਵਾਉਣਾ ਤੁਸੀਂ ਐਮਾਜ਼ੋਨ ਦੇ ਰਿਲੇਟਡ, ਕੋਈ ਵੀ ਐਵਰੀਥਿੰਗ, ਕੋਈ ਮਸਲਾ ਤੁਹਾਨੂੰ ਬਣਦਾ ਐਮਾਜ਼ੋਨ ਦੇ ਰਿਲੇਟਡ, ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਠੀਕ ਹੈ, ਈਮੇਲ ਲਿਖੀਏ, ਵਟਸਐਪ ਨੰਬਰ ਲਿਖਿਆ, ਅਸੀਂ ਹਰ ਟਾਈਮ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੁਸੀਂ ਸਿਰਫ ਸਾਨੂੰ ਇੱਕ ਕਾਲ ਕਰਨੀ ਹੈ, ਮੈਸੇਜ ਕਰਨਾ, ਥੋੜ੍ਹੀ ਜਿਹੀ ਫੀਸ ਹੈ ਉਹ ਪੇ ਕਰਨੀ ਹੈ, ਅਤੇ ਅਸੀਂ ਤੁਹਾਡੀ ਹਰ ਹੈਲਪ ਕਰਨ ਵਾਸਤੇ ਰੈਡੀ ਹਾਂ। ਫਿਰ ਵੀ ਤੁਸੀਂ ਕਾਮਯਾਬ ਨਹੀਂ ਹੁੰਦੇ ਪਏ, ਫਿਰ ਵੀ ਤੁਸੀਂ ਕੰਮ ਨਹੀਂ ਕਰਦੇ ਪਏ, ਇਹਦੇ ਤੁਹਾਡੀ ਆਪਣਾ ਤੁਹਾਡਾ ਆਪਣਾ ਅਲਕਸਪਨ ਹੈ, ਤੁਹਾਡੀ ਆਪਣੀ ਅਡਰਾਮੀ ਹੈ, ਆਪਣੀ ਤੁਹਾਡੀ ਜਿਹੜਾ ਨਾ ਗਲਤੀ ਹੈ ਕਿ ਜਿਹੜਾ ਤੁਸੀਂ ਨਹੀਂ ਕੰਮ ਸਟਾਰਟ ਕਰਦੇ ਪਏ। ਆਨਲਾਈਨ ਦੀ ਦੁਨੀਆ, ਹਰ ਬੰਦਾ ਤੁਹਾਨੂੰ ਸਹਾ ਰਿਹਾ, ਕੁਝ ਨਾ ਕੋਈ ਸਿਹਤ ਸਹੀ ਨਾ, ਘਰ ਬਹਿ ਕੇ ਅਗਰ ਤੁਸੀਂ ਆਹੀ ਸੋਚਦੇ ਰਹੋਗੇ ਕਿ ਨਹੀਂ ਸਭ ਫਰਾਡ ਹੈ, ਇਹ ਹੈ ਵੋ ਹੈ, ਮੰਨਿਆ ਠੀਕ ਹੈ ਇਹ ਵੀ ਹੁੰਦਾ, ਫਰਾਡ ਵੀ ਬੜੀ ਵਾਰ ਨਾਲ ਹੁੰਦਾ, ਲੇਕਿਨ ਇਹਦਾ ਮਤਲਬ ਹੈ ਥੋੜ੍ਹੀ ਕੁ ਰੋਡ 'ਤੇ ਅਗਰ ਚੜਿਆ ਕਿਸੇ ਦਾ ਐਕਸੀਡੈਂਟ ਹੋਇਆ ਤਾਂ ਸਾਰੀ ਦੁਨੀਆ ਰੋਡ ਦੇ ਚੜਨਾ ਛੱਡ ਦੇਗੀ। ਬੜੀ ਦੁਨੀਆ, ਬੜੇ ਲੋਕ ਨੇ, ਤੁਸੀਂ ਆਪਣੀਆਂ ਅੱਖਾਂ ਖੋਲ੍ਹ ਕੇ ਖੁਦ ਕੰਮ ਸਿੱਖੋ, ਕੰਮ ਸਿੱਖ ਕੇ ਖੁਦ ਕੰਮ ਸਟਾਰਟ ਕਰੋ। ਇੰਝ ਤੁਸੀਂ ਕਰ ਸਕਦੇ, ਨਾ ਕਿਸੇ 'ਤੇ ਤੁਸੀਂ ਬਿਲੀਵ ਕਰੋ, ਖੁਦ ਕੰਮ ਸਿੱਖ ਕੇ ਕੰਮ ਸਟਾਰਟ ਕਰੋ। ਕੰਮ ਸਿੱਖੋ ਤਾਂ ਸਹੀ ਨਾ, ਜੇ ਤੁਸੀਂ ਸਿੱਖਣਾ ਹੀ ਨਹੀਂ ਤਾਂ ਤੁਸੀਂ ਕਾਮਯਾਬ ਕਿੱਥੋਂ ਹੋਵੋਗੇ? ਅਤੇ ਲਾਜ਼ਮੀ ਸਿੱਖ ਲਓ। ਸਾਡੇ ਕੋਲ ਸਿੱਖਣ ਵਾਸਤੇ ਤੁਸੀਂ ਡਿਸਕ੍ਰਿਪਸ਼ਨ ਵਿੱਚ ਨੰਬਰ ਲਿਆ ਕੇ ਰਾਬਤਾ ਕਰ ਸਕਦੇ ਹੋ, ਜਾਂ ਸਾਨੂੰ ਸਾਡੇ ਕੋਲ ਕੰਮ ਕਰਾਉਣ ਵਾਸਤੇ ਸਾਡੀ ਕਾਲ ਬੁੱਕ ਕਰ ਸਕਦੇ ਹੋ, ਕੋਈ ਕਿਸੇ ਕਿਸਮ ਦਾ ਮਸ਼ਵਰਾ ਕਰਨਾ ਹੋਵੇ ਤਾਂ ਕਾਲ ਬੁੱਕ ਕਰ ਸਕਦੇ ਹੋ। ਅਤੇ ਚੈਨਲ ਨੂੰ ਲਾਜ਼ਮੀ ਜਿਹੜਾ ਨਾ ਲਾਈਕ ਅਤੇ ਸਬਸਕ੍ਰਾਈਬ ਕਰ ਲੈਣਾ, ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਲੱਭਦੀਆਂ ਰਹਿਣ।